ਮੋਟਰਸਾਈਕਲ ਚਲਾਇਆ 20 ਮਿੰਟ ਬਾਈ 6 ਕਿਲੋਮੀਟਰ ਤੱਕ ਚਲਾਇਆ ਮੈਂ ਤੇ ਹਾਲਤ ਦੇਖ ਸਕਦੇ ਹੋ ਅੱਖਾਂ ਦੇ ਵਿੱਚ ਹੰਝੂ ਆ ਗਏ ਚਲਾ ਨਿੱਕੇ ਨਿੱਕੇ ਬੱਚੇ ਨੂੰ ਲਵੇ ਆ ਕੇ ਹੱਥ ਲਾ ਕੇ ਦੇਖਣ ਲੱਗੇ ਹੁੰਦੇ ਵੀ ਇਹ ਨਕਲੀ ਬੰਦਾ ਤਾਂ ਨਹੀਂ ਇਹ ਬਾਈ ਆਪਣੀ ਵੀਡੀਓ ਦੇਖਦਾ ਕਾਨਾ ਖੇੜੇ ਤੋਂ ਆ ਬਾਈ ਢੇਡ ਦੇ ਨਾਲ ਲੱਗਦਾ ਪਿੰਡੇ ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਮੈਂ ਤੁਹਾਡਾ ਆਪਣਾ ਕਮਲ ਮੂਨਕਵਾਲਾ ਹੋਪ ਬਾਈ ਸਾਰੇ ਤੁਸੀਂ ਵਧੀਆ ਹੋਵੋਗੇ ਲੋ ਧੰਨਵਾਦ ਬਈ ਸਾਰਾ ਤੁਸੀਂ ਮੇਰੀ ਵੀਡੀਓ ਨੂੰ ਪਸੰਦ ਕਰਦੇ ਹੋ ਵਲੌਗ ਨੂੰ ਪਸੰਦ ਕਰਦੇ ਹੋ ਮੇਰੀ ਇਹ ਕੋਸ਼ਿਸ਼ ਰਹਿੰਦੀ ਹੈਗੀ ਜਿਹੜੇ ਕਬੱਡੀ ਟੂਰਨਾਮੈਂਟ ਦੇ ਵਿੱਚ ਮੈਂ ਜਾਂਦਾ ਸਟੰਟ ਕਰਦਾ ਤੁਹਾਨੂੰ ਵਲੌਗ ਦੇ ਜ਼ਰੀਏ ਦਿਖਾਵਾਂ ਤਾਂ ਅੱਜ ਆਪਾਂ ਨਵੇਂ ਕਬੱਡੀ ਕੱਪ 'ਤੇ ਚੱਲਿਆ ਅਤੇ ਨਾਲ ਆਪਣੇ ਜਾ ਰਿਹਾ ਆਪਣਾ ਬਿੱਟੂ ਕਮੈਂਟੇਟਰ ਬਾਈ ਅਮੀਰ ਗੱਲ ਬਾਈ ਸਾਰੇ ਠੀਕ ਹੋ ਅੱਜ ਆਪਾਂ ਚੱਲਿਆ ਬਾਬੇ ਬੂਨਾ ਦੇ ਕੋਲ ਢਾਣੀ ਗੋਪਾਲ ਹਨੂੰਮਾਨ ਦਾ ਪਿੰਡ ਹੈ ਅਤੇ ਆਪਣਾ ਯਾਰ ਅੱਜ ਕਮਲ ਨਾਲ ਹੈ ਤੁਸੀਂ ਇੱਥੋਂ ਲਾ ਲਓ ਅੰਦਾਜ਼ਾ ਵੀ ਟੂਰਨਾਮੈਂਟ ਪੂਰਾ ਸਕਸੈਸਫੁੱਲ ਪੂਰਾ ਵਧੀਆ ਟੂਰਨਾਮੈਂਟ ਹੋਊਗਾ ਅਤੇ ਮੌਸਮ ਵੀ ਬਹੁਤ ਘੈਂਟ ਹੋ ਰਿਹਾ ਅਤੇ ਹੁਣ ਬਸ ਚੱਲਦੇ ਹਾਂ 5 ਮਿੰਟਾਂ ਤੱਕ ਅਤੇ ਇਹ ਬਾਈਕ ਹੈ ਬਾਈ ਦੀ ਦੇਖ ਸਕਦੇ ਹੋ ਘੋੜਾ ਪੂਰਾ ਫਾਸਟ ਭੱਜਦਾ ਪਿਛਲੀ ਵਾਰ ਮੈਂ ਢਾਣੀ ਗੋਪਾਲ ਗਿਆ ਸੀ ਕੁਸ਼ਤੀ ਦਾ ਕੱਪ ਸੀ ਉੱਥੇ ਦੰਗਲ ਸੀ ਹਾਂ ਕੁਸ਼ਤੀ ਦੰਗਲ ਸੀ ਤਾਂ ਹੁਣ ਕਬੱਡੀ ਕੱਪ 'ਤੇ ਜਾ ਰਿਹਾ ਤਾਂ ਚੱਲਦੇ ਹਾਂ ਅਤੇ ਤੁਹਾਨੂੰ ਵੀ ਦਿਖਾਉਂਦੇ ਹਾਂ ਬਣੇ ਰਹੋ ਵਲੌਗ ਦੇ ਵਿੱਚ ਆ ਗਈ ਮੇਰੀ ਗਲੀਆਂ ਵੀ ਘਰ ਦੀਆਂ ਆਸ ਪਾਸ ਦੀਆਂ ਸਾਰੀਆਂ ਆਹ ਦੇਖ ਸਕਦੇ ਹੋ ਇੱਥੋਂ ਲਗਭਗ ਸਾਨੂੰ ਵੀ 1.5 ਘੰਟਾ ਲੱਗ ਜੂਗਾ ਜਾਂਦੇ ਜਾਂਦੇ ਇਹ ਮੇਰਾ ਬਾਜ਼ਾਰ ਆ ਗਿਆ ਵੀ ਮੁਣਕ ਦਾ ਮੇਨ ਬਾਜ਼ਾਰ ਆਹ ਦੇਖ ਸਕਦੇ ਹੋ ਨੇੜੇ ਹੀ ਪੈ ਜਾਂਦਾ 5 ਮਿੰਟ ਦਾ ਦੱਸਦਾ ਮੇਰੇ ਘਰ ਤੋਂ ਮੇਨ ਬਾਜ਼ਾਰ ਦਾ ਆਹ ਦੇਖ ਸਕਦੇ ਹੋ ਇਹ ਮਾਰਕੀਟ ਹੈ ਸਾਡੀ ਮੁਣਕ ਦੀ ਬਈ ਇਹ ਆ ਗਿਆ ਮੇਰਾ ਮੁਣਕ ਦਾ ਵੀ ਬੱਸ ਸਟੈਂਡ ਪੁਰਾਣਾ ਬੱਸ ਸਟੈਂਡ ਆ ਗਿਆ ਪਿੱਛੇ ਦੇਖ ਸਕਦੇ ਬੱਸਾਂ ਖੜੀਆਂ ਨੇ ਅਤੇ ਹੁਣ ਜਾਂਦੇ ਹਾਂ ਜਾਖਲ ਹੋ ਕੇ ਜਾਵਾਂਗੇ ਅੱਗੇ ਢਾਣੀ ਗੋਪਾਲ ਜਿੱਥੇ ਅੱਜ ਆਪਾਂ ਜਾਣਾ ਸਟੰਟ ਨਹੀਂ 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 ਪਹਿਲਾਂ ਮਿਲਾਂਗੇ ਆਪਾਂ ਬੁੰਦੀ ਬਾਈ ਨੂੰ ਉਸਤਾਦ ਨੂੰ ਹਾਂ ਬੁੰਦੀ ਉਸਤਾਦ ਬਾਈ ਨੂੰ ਮਿਲਾਂਗੇ ਆਪਾਂ ਪਹਿਲਾਂ ਫਿਰ ਜਾਵਾਂਗੇ ਜਾਖਲ ਹੋ ਕੇ ਪੂਨਾ ਖਬਰ ਦੇਣੀ ਸੀ ਵੀ 5ਵੇਂ ਮਹੀਨੇ ਦੇ ਵਿੱਚ ਜੇ ਕਿਸੇ ਪਲੇਅਰ ਨੇ ਵਧੀਆ ਤਿਆਰੀ ਕਰਨੀ ਹੋਵੇ ਇੱਕ ਵਧੀਆ ਤਰੀਕੇ ਨਾਲ ਪਲੇਅਰ ਬਣਨਾ ਹੋਵੇ ਆਪਣਾ ਬੁੰਦੀ ਉਸਤਾਦ 5ਵੇਂ ਮਹੀਨੇ ਦੇ ਵਿੱਚ ਕੈਂਪ ਲਾ ਰਿਹਾ ਮੂਨਕ ਦੇ ਵਿੱਚ ਕਾਮਲ ਨਾਲ ਜਾਂ ਜਿਸ ਮਰਜ਼ੀ ਨਾਲ ਤੁਸੀਂ ਕੰਟੈਕਟ ਕਰ ਲਿਓ ਆਪਣੇ ਬੁੰਦੀ ਉਸਤਾਦ ਜੀ 5ਵੇਂ ਮਹੀਨੇ 'ਚ ਅਸਲ 'ਚ ਤਾਂ ਯਾਰ 4th ਦੇ ਅੱਧ 'ਚ ਸਟਾਰਟਿੰਗ ਹੋ ਜਾਂਦੀ ਹੈ ਪਰ 5ਵੇਂ 'ਚ ਪੂਰਾ ਆਰ ਪਾਰ ਵਾਲਾ ਕੰਮ ਹੋ ਜਾਂਦਾ ਜੀ ਬੰਦੇ ਨੂੰ ਵਧੀਆ ਤਿਆਰੀ ਕਰਾ ਦਿੰਦਾ ਹਾਂ ਵਧੀਆ ਪਲੇਅਰ ਤਿਆਰ ਹੁੰਦਾ ਮੂਨਕ ਦੇ 'ਚ ਵਧੀਆ ਕੈਂਪ ਲੱਗਦਾ ਵੀ ਮੈਂ ਖੁਦ ਜਾ ਕੇ ਦੇਖਿਆ ਮੈਂ ਵੀ ਉੱਥੇ ਪ੍ਰੈਕਟਿਸ ਕਰਦਾ ਸਟੇਡੀਅਮ ਦੇ ਵਿੱਚ ਆਪਦੀ ਜਦੋਂ ਮੈਂ ਸਟੰਟ ਕਰਦਾ ਤਾਂ ਜ਼ਰੂਰ ਕੰਟੈਕਟ ਕਰਿਓ ਬਾਈ ਨਾਲ ਮੇਰੇ ਨਾਲ ਵੀ ਕਰ ਸਕਦੇ ਬਿੱਟੂ ਹਮੀਰਗੜ੍ਹ ਨਾਲ ਵੀ ਕਰ ਸਕਦੇ ਬਾਕੀ ਨੰਬਰ ਪਾ ਦਾਂਗਾ ਮੈਂ ਨਾ ਕਬੱਡੀ ਕਮੈਂਟਰਾਂ ਨਾਲ ਰਹਿ ਕੇ ਵੀ ਮੈਨੂੰ ਵੀ ਮਲੱਠੀ ਖਾਣ ਦੀ ਆਦਤ ਪੈ ਗਈ ਮੇਰੇ ਡੈਡੀ ਨੂੰ ਕਹਿ ਦਿੰਦਾ ਡੈਡੀ ਮੇਰੇ ਕਿਉਂਕਿ ਮੇਰਾ ਡੈਡੀ ਕਿਸੇ ਪ੍ਰਚੂਨ ਦੀ ਦੁਕਾਨ 'ਤੇ ਕੰਮ ਕਰਦਾ ਤਾਂ ਉੱਥੇ ਮੇਰੇ ਡੈਡੀ ਨੂੰ ਕਹਿ ਦਿੰਦਾ ਮੈਂ ਕਿਹਾ ਡੈਡੀ ਮੇਰੇ ਵਾਸਤੇ ਮਲੱਠੀ ਲੈ ਗਈ ਖਾਣ ਵਾਸਤੇ ਮੈਨੂੰ ਵੀ ਸਵਾਦ ਲੱਗਣ ਲੱਗੀ ਮਲੱਠੀ ਹੁਣ ਤੂੰ ਵੀ ਖਾਣਾ ਨਾ ਬਿੱਟੂ ਵੀ ਮਲੱਠੀ ਆਹ ਜਿਹੜਾ ਪਿਛਲੇ ਵਲੌਗ ਦੇ ਵਿੱਚ ਮੈਂ ਬੋਲ ਰਿਹਾ ਸੀਗਾ ਤਤਲਾ ਕੇ ਉਦੋਂ ਮੇਰੀ ਮਲੱਠੀ ਸੀ ਮੂੰਹ 'ਚ ਹਾਂ ਵੈਸੇ ਬਹੁਤ ਵਧੀਆ ਯਾਰ ਮਲੱਠੀ ਖਾਈ ਗਲਾ ਸਾਫ਼ ਰਹਿੰਦਾ ਮਲੱਠੀ ਹੋ ਗਈ ਇੱਕ ਤਾਗ ਵਾਲੀ ਮਿਸਰੀ ਹੋ ਗਈ ਸਪੋਰਟ ਕਰਿਆ ਕਰੋ ਹਨਾ ਏਰੀਏ ਦੇ ਬੰਦਿਆਂ ਨੂੰ ਹਾਂ ਸਪੋਰਟ ਸਭ ਤੋਂ ਵੱਡੀ ਚੀਜ਼ ਹੈ ਹਾਂ ਬਾਲੇ ਤਕੜੇ ਘਰੋਂ ਨਹੀਂਗੇ ਮੇਰਾ ਡੈਡੀ ਯਾਰ ਉਹ ਜਿੰਕ ਫੈਕਟਰੀ 'ਚ ਕੰਮ ਕਰਦਾ ਤੁਹਾਨੂੰ ਅਸਲੀਅਤ ਦੱਸਾਂ ਜੀ ਦਿਲ ਦੀ ਕਿਉਂਕਿ ਹਰੇਕ ਬੰਦਾ ਯਾਰ ਦਿਲ ਨਹੀਂ ਫਰੋਲਦਾ ਹੁੰਦਾ ਤੇ ਕਮਲ ਦਾ ਡੈਡੀ ਯਾਰ ਪਰਚੂਨ ਦੀ ਦੁਕਾਨ ਤੇ ਲੱਗਿਆ ਹੋਇਆ ਮੇਰਾ ਡੈਡੀ ਤਾਂ ਜਾਣਦਾ ਬਿੱਟੂ ਬਾਈ ਨੂੰ ਜਲਦੀ ਤਾਂ ਦੁਕਾਨ ਤੇ ਆ ਜਾਂਦਾ ਨਾ ਸਮਾਨ ਲੈਂਦੇ ਤਾਂ ਮੈਨੂੰ ਵੀ ਦੇਖ ਲਓ ਵੀ ਮਲੱਠੀ ਖਾਣ ਦੀ ਆਦਤ ਪੈ ਗਈ ਘੈਂਟ ਗੱਲਬਾਤ ਆ ਵੀ ਮਲੱਠੀ ਖਾਣੀ ਚਾਹੀਦੀ ਹੈ ਮਲੱਠੀ ਤੇ ਮਿਸਰੀ ਗਲਾ ਸਾਫ਼ ਰਹਿੰਦਾ ਇਹਦੇ ਨਾਲ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਇੱਕ ਯਾਰ ਬਾਕੀ ਆਪਣੇ 1,00,000 ਸਬਸਕ੍ਰਾਈਬਰ ਹੋਣ ਵਾਲੇ ਨੇ ਬਾਈ ਸਿਲਵਰ ਪਲੇ ਬਟਨ ਬਹੁਤ ਜਲਦੀ ਆਉਣ ਵਾਲਾ ਆਪਣਾ ਇੱਕ ਮੇਰੀ ਆਈ ਡੀ ਵਿੱਚ ਮੈਂਸ਼ਨ ਕਰ ਦੀ ਉਸਤਾਦ ਇੰਸਟਾਗ੍ਰਾਮ ਕੀ ਯੂਟਿਊਬ ਇੰਸਟਾਗ੍ਰਾਮ ਕੀ ਆਈ ਡੀ ਇੰਸਟਾ ਬਿੱਟੂ ਹਮੀਰਗੜ੍ਹ 59 ਹਾਂ ਬਿੱਟੂ ਹਮੀਰਗੜ੍ਹ 59 ਬਈ ਜਾਓ ਬਾਈ ਨੂੰ ਫੋਲੋ ਕਰੀਓ ਵੀਡੀਓ ਲਾਈਕ ਕਰੀਓ ਸਾਰੇ ਦੱਬ ਕੇ ਸਪੋਰਟ ਬਈ ਯੂਟਿਊਬ ਇਹ ਕਮੈਂਟਾਂ ਦੇ ਵਿੱਚ ਦੱਸ ਦਿਓ ਵੀ ਆਪਾਂ ਯੂਟਿਊਬ ਚੈਨਲ ਬਣਾਈਏ ਜਾਂ ਨਾ ਉਹਦੇ ਵਿੱਚ ਆਪਾਂ ਪਲੇਅਰਾਂ ਦਾ ਵਲੌਗ ਲਿਆ ਕਰਾਂਗੇ ਕਮੈਂਟਾਂ 'ਚ ਦੱਸ ਦਿਓ ਤੁਸੀਂ ਵੀ ਆਪਾਂ ਬਣਾਈਏ ਜਾਂ ਨਾ ਹਾਂ ਬਈ ਤੁਹਾਡੀ ਕੀ ਰਾਏ ਪਰ ਬਿੱਟੂ ਬਾਈ ਆਪਦਾ ਯੂਟਿਊਬ ਚੈਨਲ ਕ੍ਰੀਏਟ ਕਰੂਗਾ
ਚੱਕੂਗਾ। ਬਾਕੀ ਜਾ ਰਹੇ ਹਾਂ ਬਾਈ, ਹੁਣ ਪਹੁੰਚ ਗਿਆ ਆਪਾਂ ਮਿਉਂਦ ਬਾਈ ਹਰਿਆਣਾ ਦੇ ਵਿੱਚ। ਜਿਹੜੇ ਕੱਪ ਤੇ ਜਾ ਰਹੇ ਉਹ ਵੀ ਹਰਿਆਣਾ ਦੇ, ਜੱਟਾਣੀ ਗੋਪਾਲ। ਲਓ ਮਿੱਤਰੋ ਆਪਾਂ ਪਹੁੰਚ ਗਏ ਬਾਈ ਕੂਲਾਂ ਵੀ, ਆ ਦੇਖ ਸਕਦੇ ਹੋ ਕੂਲਾ ਪਹੁੰਚ ਗਿਆ। ਤੇ ਇੱਥੇ ਬਿੱਟੂ ਦੇ ਯਾਰ ਦੋਸਤ ਦੀ ਦੁਕਾਨ ਹੈ ਵੀ, ਇੱਥੇ ਕੈਫੇ ਹੈ ਬਰਗਰ ਪੀਜ਼ੇ ਵਾਲਾ ਬਾਈ, ਖੜੇ ਯਾਰ ਦਾ ਕੈਫੇ ਆ, ਦੁੱਲੇ ਰਸੂਲ ਪੁਰੀ ਦਾ ਖਾਣ ਦਾ ਢੇਰ ਵਾਲੇ ਦਾ। ਹਾਂ ਤਾਂ ਇੱਥੇ ਖੜੇ ਆ ਵੀ, 5-10 ਮਿੰਟ ਬਾਈ ਨਾਲ ਗੱਲਬਾਤ ਕਰਦੇ ਹਾਂ, ਮਿਲ ਕੇ ਜਾਂਦੇ ਹਾਂ ਅਤੇ ਫਿਰ ਅੱਗੇ ਪਹੁੰਚਦੇ ਹਾਂ ਢਾਣੀ ਗੋਪਾਲ ਕਬੱਡੀ ਕੱਪ 'ਤੇ। ਵੀਡੀਓ ਦੇਖਦੇ ਵੀਰੇ ਇੰਸਟਾਗ੍ਰਾਮ 'ਤੇ, ਫੇਸਬੁੱਕ 'ਤੇ, ਫੇਸਬੁੱਕ 'ਤੇ। ਕਿਹੜਾ ਪਿੰਡ ਸੀ? ਕਾਣਾ ਖੇੜਾ। ਇਹ ਬਾਈ ਕਾਣਾ ਖੇੜਾ ਢੇਰ ਲੱਗੇ ਢੇਰ ਦੇ ਕੋਲ। ਇਹ ਬਾਈ ਆਪਣੀ ਵੀਡੀਓ ਦੇਖਦਾ ਕਾਣਾ ਖੇੜਾ ਤੋਂ ਆ ਬਾਈ, ਢੇਰ ਦੇ ਨਾਲ ਲੱਗਦਾ ਪਿੰਡ ਹੈ। ਅਤੇ ਬਾਈ ਜਾਣ ਲਿਆ ਬਾਈ ਤੈਨੇ ਬਾਈ ਇਹ? ਹਾਂ ਕੰਮ ਦਾ ਮੂਨ ਕਿੱਥੇ ਬਾਈ, ਆਪਣੀ ਵੀਡੀਓ ਦੇਖਦਾ, ਬਹੁਤ ਵਧੀਆ ਲੱਗਦਾ ਵੀ ਆਪਣੀ ਵੀਡੀਓ ਦੇਖਣ ਵਾਲੇ ਬਾਈ ਆਪਾਂ ਨੂੰ ਮਿਲ ਜਾਂਦੇ ਨੇ। ਇੱਥੇ ਕੰਮ ਕਰਦਾ ਬਾਈ ਦੁਕਾਨ 'ਤੇ, ਬਾਈ ਇਹਦੇ ਪਿੱਛੇ ਦਵਾਈਆਂ ਦੀ ਦੁਕਾਨ 'ਤੇ ਕੰਮ ਕਰਦਾ। ਲਓ ਮਿੱਤਰੋ ਮੈਂ ਮੋਟਰਸਾਈਕਲ ਚਲਾਇਆ 20 ਮਿੰਟ ਬਾਈ, 6 ਕਿਲੋਮੀਟਰ ਤੱਕ ਚਲਾਇਆ ਮੈਂ, ਅਤੇ ਹਾਲਤ ਦੇਖ ਸਕਦੇ ਅੱਖਾਂ ਦੇ ਵਿੱਚ ਹੰਝੂ ਆ ਗਏ ਚਲਾ ਕੇ। ਸ਼ੁਕਰ ਹੈ ਰੱਬ ਦਾ ਮੈਂ ਸਹੀ ਪਹੁੰਚ ਗਿਆ ਬਾਬੇ। 6 ਕਿਲੋਮੀਟਰ ਚਲਾਇਆ ਅਤੇ ਅੱਖਾਂ 'ਤੇ ਹੰਝੂ ਆ ਗਏ ਚਲਾ ਕੇ ਬਾਈ। ਤਾਂ ਹੁਣ ਵੈਸੇ ਪੂਨਾ ਪਹੁੰਚਣ ਵਾਲਾ 1 ਕਿਲੋਮੀਟਰ ਰਹਿ ਗਿਆ, ਅਤੇ ਹੁਣ ਤਾਂ ਬਸ ਬਿੱਟੂ ਬਾਈ ਹਵਾ ਨਾਲ ਹੰਝੂ ਆ ਇਹਨੇ, ਮੈਨੂੰ ਪਤਾ ਮੇਰੇ ਕਿਹੜੇ ਹੰਝੂ ਆ ਇਹਨੇ ਉਸਤਾਦ। ਹੋਰ ਕੀ ਬਾਈ, ਹੁਣ ਤਾਂ ਵੈਸੇ ਬਿੱਟੂ ਚਲਾਊਗਾ ਅੱਗੇ ਢਾਣੀ ਗੋਪਾਲ ਤੱਕ, ਪੂਨੇ 1 ਕਿਲੋਮੀਟਰ ਰਹਿ ਗਿਆ ਇੱਥੋਂ, ਮੈਂ ਤਾਂ ਹੁਣ ਪਿੱਛੇ ਬੈਠ ਕੇ ਚਲਾਉਣਾ। ਚਲੋ ਬਾਈ ਚੱਲਦੇ ਹਾਂ, ਹੁਣ ਬਿੱਟੂ ਬਾਈ ਚਲਾਊਗਾ। ਖਾ ਪੀ ਲਈਏ ਕੁਛ ਯਾਰ। ਇਹ ਪੂਨਾ ਰੁਕ ਗਏ ਸੀ ਬਾਈ, ਭੁੱਖ ਜਿਹੀ ਲੱਗ ਗਈ ਜੀ, ਮੈਂ ਥੋੜ੍ਹੇ ਜਿਹੇ ਗੋਲ ਗੱਪੇ ਜੇ ਖਾਧੇ ਨੇ, ਭੁੱਖ ਜਿਹੀ ਲੱਗ ਗਈ ਸੀ। ਤਾਂ ਹੁਣ ਢਾਣੀ ਗੋਪਾਲ ਜਾਂਦੇ ਹਾਂ, ਇੱਥੋਂ ਸਾਰਾ ਹੁਣ 10 ਕੁ ਮਿੰਟ ਦਾ ਰਸਤਾ ਰਹਿ ਗਿਆ ਢਾਣੀ ਗੋਪਾਲ ਦਾ। ਇਹ ਬਾਈ ਤੋਂ ਗੋਲ ਗੱਪੇ ਖਾਏ ਨੇ ਅਸੀਂ, ਕੈਂਟ ਬਣਾਏ ਨੇ ਬਾਈ ਗੋਲ ਗੱਪੇ। ਤਾਂ ਫਾਈਨਲੀ ਬਾਈ ਆਪਾਂ ਪਹੁੰਚ ਗਏ ਢਾਣੀ ਗੋਪਾਲ ਦੇ ਕਬੱਡੀ ਕੱਪ 'ਤੇ। ਬਸ ਹੁਣ ਸਾਨੂੰ 15 ਕੁ ਮਿੰਟ ਲੱਗੇ ਪੂਨੇ ਤੋਂ ਆਉਂਦੇ ਆਉਂਦੇ ਬਾਈ ਢਾਣੀ ਗੋਪਾਲ। ਤਾਂ ਹੁਣ ਜਿਹੜੇ ਬਾਈ ਨੇ ਆਪਾਂ ਨੂੰ ਬੁਲਾਇਆ ਉਹ ਬਾਈ ਦੇ ਘਰ ਆਪਾਂ ਚਾਹ ਪੀ ਹੈ, ਤਾਂ ਬਸ ਹੁਣ ਸਾਨੂੰ 10 ਕੁ ਮਿੰਟ ਹੋਏ ਨੇ ਪਹੁੰਚ ਕੇ, ਚਾਹ ਪੀ ਹੈ ਅਤੇ ਹੁਣ ਟੂਰਨਾਮੈਂਟ 'ਤੇ ਜਾ ਰਹੇ ਹਾਂ। ਆਵਾਜ਼ ਤੁਹਾਨੂੰ ਸੁਣਾਈ ਦੇ ਰਹੀ ਹੋਵੇਗੀ ਵੀ ਟੂਰਨਾਮੈਂਟ ਤੋਂ ਸੁਣ ਸਕਦੇ ਹੋ ਤੁਸੀਂ, ਬਸ ਨੇੜੇ ਹੀ ਹੋ ਰਿਹਾ ਕਬੱਡੀ ਕੱਪ ਗਰਾਊਂਡ ਦੇ ਵਿੱਚ। ਤਾਂ ਹੁਣ ਚੱਲਦੇ ਹਾਂ ਅਤੇ ਪਹੁੰਚਦੇ ਹਾਂ ਕਬੱਡੀ ਕੱਪ 'ਤੇ, ਤੁਹਾਨੂੰ ਦਿਖਾਉਂਦੇ ਹਾਂ ਵੀ ਰੌਣਕ ਮੇਲਾ। ਲਓ ਮਿੱਤਰੋ ਇੱਧਰ ਚੱਲ ਰਿਹਾ ਕਬੱਡੀ ਟੂਰਨਾਮੈਂਟ, ਆਹ ਦੇਖ ਸਕਦੇ ਹੋ ਬਾਈ, ਹੋ ਰਿਹਾ ਗਰਾਊਂਡ, ਆਹ ਦੇਖ ਸਕਦੇ ਹੋ ਰਿਹਾ ਐਂਟਰੀ ਦਾ ਰਸਤਾ, ਆਹ ਦੇਖ ਸਕਦੇ ਹੋ ਬਾਈ ਲੋਕ ਪਹੁੰਚਣ ਲੱਗ ਰਹੇ ਨੇ ਹੌਲੀ ਹੌਲੀ, ਉੱਥੇ ਲੱਗ ਰਹੇ ਨੇ ਰੇਹੜੀਆਂ। ਤਾਂ ਬਾਈ ਧੁੱਪ ਬਹੁਤ ਹੋ ਰਹੀ ਆ, ਮੌਸਮ ਦਾ ਕਾਫੀ ਫਰਕ ਪੈ ਗਿਆ, ਗਰਮੀ ਲੱਗ ਰਹੀ ਸੀ, ਜਾਂਦੇ ਹੁੰਦਾ ਠੰਡ ਲੱਗੂਗੀ ਕਿਉਂਕਿ ਮੌਸਮ ਦਿਨ ਰਾਤ ਦੀ ਠੰਡ ਹੋ ਰਹੀ ਹੈ ਹੁਣ, ਕੁਛ ਟਾਈਮ ਤੱਕ ਮੌਸਮ 'ਚ ਵੀ ਸਾਫ਼ ਹੋ ਜੂਗਾ, ਗਰਮੀ ਦਾ ਆ ਜੂਗਾ। ਹੁਣ ਗਿੱਟਾ ਪਰੇ ਲੱਗਦੀ ਕੋਟ ਵੀ ਆਪਾਂ ਨੇ ਕੱਢਤਾ, ਸਟੰਟ ਆਪਾਂ ਕਰਾਂਗੇ ਸ਼ਾਮ ਜੀ ਨੂੰ ਵੀ 4-5 ਕੁ ਵਜੇ। ਹੁਣ ਘੁੰਮਦੇ ਆ ਮੇਲਾ ਤੇ ਤੁਹਾਨੂੰ ਵੀ ਦਿਖਾਉਂਦੇ ਹਾਂ, ਟੂਰਨਾਮੈਂਟ ਮੈਂ ਸ਼ੁਰੂ ਹੋ ਗਿਆ। ਤਾਂ ਇੱਥੇ ਬੈਠ ਕੇ ਬਾਈ ਕਬੱਡੀ ਮੈਚ ਦੇਖ ਰਿਹਾ, ਸਟੰਟ ਤਾਂ 3-4 ਵਜੇ ਕਰਾਂਗੇ, ਸ਼ਾਮ ਜੀ ਨੂੰ ਕਰਾਂਗੇ। ਬਾਕੀ ਮੌਸਮ ਘੈਂਟ ਹੋ ਰਿਹਾ, ਸਹੀ ਹੋ ਰਿਹਾ, ਠੰਡਾ ਠੰਡਾ ਮੌਸਮ ਹੋ ਰਿਹਾ। ਤਾਂ ਮੈਚ ਚੱਲ ਰਹੇ ਨੇ ਆ ਦੇਖ ਸਕਦੇ ਹੋ ਵੀ ਟੂਰਨਾਮੈਂਟ ਦੇ ਵਿੱਚ। ਲੋ ਮਿੱਤਰੋ ਟੂਰਨਾਮੈਂਟ ਚੱਲ ਰਿਹਾ, ਜ਼ਿਆਦਾ ਮੈਂ ਇਸ ਕਰਕੇ ਨਹੀਂ ਬਣਾ ਰਿਹਾ ਕਿਉਂਕਿ ਆਵਾਜ਼ ਨਹੀਂ ਆਉਂਦੀ ਬਾਈ, ਟੂਰਨਾਮੈਂਟ ਘੈਂਟ ਹੋ ਰਿਹਾ ਦੇਖ ਟੂਰਨਾਮੈਂਟ। ਇੱਧਰ ਲੱਗੀਆਂ ਹੋਈਆਂ ਨੇ ਬਾਈ ਰੇਹੜੀਆਂ ਖਾਣ ਪੀਣ ਦੀਆਂ, ਤੁਸੀਂ ਦੇਖ ਸਕਦੇ ਇੱਧਰ ਗੰਨੇ ਦੀ ਜੂਸੀ ਲੱਗੀ ਹੋਈ ਹੈ ਤੇ ਪਰਾ ਹੋਰ ਵੀ ਲੱਗ ਰਹੀਆਂ ਨੇ, ਆਹ ਦੇਖ ਸਕਦੇ ਬਾਈ ਇੱਧਰ ਚੱਲ ਰਿਹਾ ਟੂਰਨਾਮੈਂਟ। ਇੱਧਰ ਲੱਗ ਰਿਹਾ ਆਪਣਾ ਬਿੱਟੂ ਬਾਈ ਕਮੈਂਟਰੀ ਕਰਨ ਬਈ, ਆਹ ਦੇਖ ਸਕਦੇ ਇੱਥੇ ਬੈਠੇ ਆ ਗਰਾਊਂਡ ਦੇ ਕੋਲ। ਇੱਕ ਕਹਿੰਦੇ ਚੋਟੀ ਦੇ ਬਾਜੀ ਸ਼ੁਰੂਆਤ ਹੋਣ ਲੱਗੀ ਹੈ।
ਲੋ ਮਿੱਤਰੋ ਟੂਰਨਾਮੈਂਟ ਚੱਲ ਰਿਹਾ ਤੇ ਮੈਂ ਅੰਦਰ ਟੂਰਨਾਮੈਂਟ ਦੇ ਵਿੱਚ ਜਾਇਆ ਆ, ਬੈਠ ਕੇ ਮੈਚ ਵੀ ਦੇਖ ਲਏ ਕਾਫੀ, ਤਾਂ ਹੁਣ ਮੈਂ ਬਾਹਰ ਘੁੰਮ ਰਿਹਾ ਮੈਂ ਚੱਲ ਇੱਧਰ ਉੱਧਰ ਬਾਹਰ ਘੁੰਮ ਲਈਏ, ਨਾਲੇ ਬੋਡੀ ਵੀ ਵਾਰਮ ਅਪ ਜੀ ਹੋ ਜੂਗੀ ਕਿਉਂਕਿ ਉਸ ਤੋਂ ਬਾਅਦ ਹੁਣ ਬਸ ਆਪਾਂ ਘੰਟੇ ਤੱਕ ਸਟੰਟ ਕਰਾਂਗੇ। ਇੱਧਰ ਆ ਜਾ, ਇੱਧਰ ਦੇਖਿਓ ਦਰਸ਼ਕ ਵੀਰ ਇੱਕ ਵਾਰੀ ਗਰਾਊਂਡ ਦੇ ਵਿੱਚ ਆ ਮੁੰਡੇ ਨੂੰ ਕਿੰਨੇ ਕੁ ਜਾਣਦੇ, ਇੱਕ ਵਾਰੀ ਤਾੜੀਆਂ ਮਾਰ ਕੇ ਦੱਸੋ ਜ਼ੋਰਦਾਰ। ਇਹ ਉਹੀ ਹੈ ਰਬੜ ਮੈਨ, ਜਦੋਂ ਮੁੜ ਕੇ ਗੋਡਿਆਂ ਜਾਂਦੇ ਹੱਥ ਲਾ ਦਿੰਦਾ ਨਾ, ਕਈ ਹੱਥ ਲਾ ਲਾ ਦੇਖਦਾ ਵੀ ਬੰਦਾ ਨਕਲੀ ਤੇ ਨਹੀਂ, ਇਹ ਕਮਲ ਮੂਨਕਾ ਵਾਲਾ ਹੈ। ਹੁਣ ਲੱਗ ਗਿਆ ਪਤਾ, ਬਹਿ ਜਾਓ ਆ ਪਲੇਅਰਾਂ ਨੂੰ ਬਿਠਾ ਦਿਓ ਜੀ, ਦੋ ਮਿੰਟ ਬਹਿ ਜਾਓ, ਬਹਿ ਜਾਓ ਦੋ ਮਿੰਟ। ਲੈ ਵੀ ਕਮਲ, ਆ ਸੰਗਤ ਦਾ ਦਿਲ ਖੁਸ਼ ਕਰਦੇ, 8 ਸਾਲਾਂ ਦੀ ਮਿਹਨਤ ਦਿਖਾਊ ਇਹ ਮੁੰਡਾ ਤੁਹਾਨੂੰ ਗਰਾਊਂਡ ਦੇ ਵਿੱਚ, 8 ਸਾਲਾਂ ਦੀ ਮਿਹਨਤ, ਜਿਹੜੀ 8 ਸਾਲ ਲਾ ਕੇ 5 ਮਿੰਟਾਂ ਦੀ ਗੇਮ ਵਿਖਾਈ ਆ। ਆਹ ਦੇਖ, ਆਹ ਦੇਖ, ਆਹ ਦੇਖ, ਓਏ ਤਾੜੀਆਂ ਬਾਰੇ ਕੀ ਖਿਆਲ ਆ ਢਾਣੀ ਗੋਪਾਲ ਵਾਲਿਓ, ਆਓ ਸਾਹਮਣੇ, 8 ਸਾਲਾਂ ਦੀ ਮਿਹਨਤ ਸਾਰੀ 3-4 ਮਿੰਟਾਂ ਦੇ ਵਿੱਚ ਨਿਬੜ ਜਾਣੀ ਹੈ, 8 ਸਾਲਾਂ ਦੀ ਮਿਹਨਤ ਆ ਮੁੰਡੇ ਦੀ। ਇਹ ਆ ਚੱਕ, ਆ ਚੱਕ, ਤਾੜੀਆਂ ਬਾਰੇ ਕੀ ਖਿਆਲ ਹੈ ਦਰਸ਼ਕ ਵੀਰਿਓ, ਇਹ ਕਮਲ ਮੂਨਕਾ ਹੈ, ਇਹਨੂੰ ਕਹਿੰਦੇ ਹੁੰਦੇ ਆ ਵੀ ਰਬੜ ਮੈਨ ਆਇਆ ਹੋਇਆ ਹੈ ਅੱਜ ਦੇ ਮੇਲੇ ਉੱਤੇ। ਆ ਦੇਖੋ, ਕਈ ਇਹਦੇ ਹੱਥ ਲਾ ਲਾ ਦੇਖਣ ਲੱਗ ਜਾਂਦੇ ਵੀ ਬੰਦਾ ਨਕਲੀ ਤਾਂ ਨਹੀਂ, ਆਓ ਸਾਹਮਣੇ, ਕਹਿੰਦੇ ਕਮਲ ਮੂਨਕਾ ਵਾਲਾ ਹੈ, ਇਹ ਮੂਨਕਾ ਵਾਲਾ ਕਮਲ ਹੈ। ਜੇ ਗੇਮ ਚੰਗੀ ਲੱਗਦੀ ਆ ਤਾੜੀਆਂ ਨਾਲ ਰੋਕੋ, ਤਾੜੀਆਂ ਮਾਰ ਦਿਓ ਦਰਸ਼ਕ ਵੀਰੋ, ਤੁਹਾਨੂੰ ਸਹੁੰ ਲੱਗੇ ਜੇ ਨਾ ਮਾਰੋ। ਆਹ ਮੁੰਡੇ ਦੀ 8 ਸਾਲਾਂ ਦੀ ਮਿਹਨਤ ਬੋਲਦੀ ਆ ਅੱਜ ਗਰਾਊਂਡ ਦੇ ਵਿੱਚ, ਕਮੇਟੀ ਵਾਲੇ ਆਪ ਸੱਦੇ ਦਿੰਦੇ ਆ। ਇਹ ਢਾਣੀ ਗੋਪਾਲ ਵਾਲੇ ਹਨੂੰਮਾਨ ਦੀ ਯਾਰੀ ਪਗਾਉਣ ਆਇਆ, ਕਿਲਕੀ ਲਗਾ ਦਾ ਭਾਈ ਸਾਰਾ ਲਲਕਾਰਾ ਮਾਰ ਦਿਓ। ਆਹ ਮੁੰਡਾ ਅੱਜ ਢਾਣੀ ਗੋਪਾਲ ਵਾਲੇ ਹਨੂੰਮਾਨ ਨਾਲ ਯਾਰੀ ਪਗਾਉਣ ਆਇਆ, ਉਂਝ ਨਹੀਂ ਆਉਂਦਾ ਸੀ, ਯਾਰੀਆਂ ਪਗਾਉਣ ਆਇਆ। ਤਾੜੀਆਂ ਹੁਣ ਮਾਰ ਦਿਓ ਜਿਹੜੇ ਜਿਹੜੇ ਹਨੂੰਮਾਨ ਨੂੰ ਪਿਆਰ ਕਰਦੇ ਹੋ। ਆਹ ਦੇਖੋ, ਲੈ ਵੀ ਕਮਲ, ਉਹ ਕਰੀ ਗੋਡਿਆਂ ਦੇ ਹੱਥ ਲਾਨਾ ਹੁੰਦਾ ਜਿਹੜਾ ਮੁੜ ਕੇ ਮਾਸਪੇਸ਼ੀਓ ਕੇ ਲਚਕਾ, ਉਹ ਗੋਡਿਆਂ ਦੇ ਤੇ ਹੱਥ। ਆਹ ਦੇਖੋ, ਇਹ ਆਹ ਦੇਖੋ, ਇਹ ਆਹ ਦੇਖ, ਆਹ ਦੇਖ, ਓਏ ਤਾੜੀਆਂ ਕਿਉਂ ਨਹੀਂ ਮਾਰਦੇ ਦਰਸ਼ਕ ਵੀਰ ਇੱਕ ਵਾਰੀ, ਕਿਆ ਬਾਤ ਹੈ ਅੱਜ ਦੇ ਮਿਲ ਤੇ। ਕਹਿੰਦੇ ਕਮਲ ਮੂਨਕਾ ਹੈ, ਕਮਲ ਮੂਨਕਾ ਆਇਆ ਹੋਇਆ ਹੈ, ਆਓ ਸਾਹਮਣੇ ਕਮਾਲ। ਇਹ ਆਓ ਚੱਕ, ਨਿੱਕੇ ਨਿੱਕੇ ਬੱਚੇ ਨੂੰ ਲਵੇ ਆ ਕੇ ਹੱਥ ਲਾ ਕੇ ਦੇਖਣ ਲੱਗ ਜਾਂਦੇ ਵੀ ਇਹ ਨਕਲੀ ਬੰਦਾ ਤਾਂ ਨਹੀਂ। ਲੈ ਵੀ ਕਮਲ, ਉਹ ਮੋੜ ਕੇ ਕਿਹੜਾ ਗੋਡਿਆਂ ਜਾਂਦੇ ਹੱਥ ਲਾ ਦੇ, ਜਿਹੜਾ ਲੋਕੀ ਕਹਿ ਦਿੰਦੇ ਵੀ ਇੱਕ ਤੇ ਨਾ ਮੁਣਕਰੇ ਕਿਵੇਂ ਕਰ ਦਿੰਦਾ ਹੈ। ਇਹ ਆਹ ਦੇਖਿਓ ਜਿਹੜਾ ਹੁਣ ਕੰਮ ਆਉਣਾ ਹੈ, ਇਹ ਆਹ ਦੇਖ, ਉਹ ਤਾੜੀਆਂ ਹੁਣ ਮਾਰੋ ਦਰਸ਼ਕ ਵੀਰ ਇੱਕ ਵਾਰੀ ਜ਼ੋਰਦਾਰ, ਕਿਆ ਬਾਤਾਂ ਨੇ ਭਾਈ। ਇਨਕੇ ਬਾਅਦ ਮੈਨੇ ਓਪਨ ਕੇ ਮੈਚ ਹੋਗੇ, ਮਿੰਨੀ ਓਪਨ ਦੇ ਮੈਚ ਹੋਣਗੇ, ਟੀਮਾਂ ਗਰਾਉਂਡ ਦੇ ਲੱਗੇ ਆ ਜੀ। ਉਹ ਇੱਕ ਮਿੰਟ, ਬਰੇਟਾ ਵਰਸਿਸ ਕੁਲਰੀਆ ਗਊਸ਼ਾਲਾ, ਗਊਸ਼ਾਲਾ ਬਰੇਟਾ ਨਹੀਂ ਰਹੇ ਟੀਮ ਇਹ ਦੋਨੋਂ, ਕੁਛ ਹੀ ਮਿੰਟੋਂ ਮੈਂ ਹਮਾਰੇ ਬੀਚ ਮੈਂ ਸਰਪੰਚੋਂ ਕੀ ਵੀ ਉਪਸਥਿਤੀ ਹੋ ਜਾਏਗੀ। ਕਿਆ ਬਾਤ ਹੈ, ਅਭੀ ਹਮਾਰੇ ਬੀਚ ਮੈਂ ਹਮਾਰੇ, ਕਿਆ ਬਾਤ ਹੈ, ਵਾਹ। ਓਏ ਆ ਗੇਮ ਕਿਵੇਂ ਲੱਗੀ ਇੱਕ ਵਾਰੀ, ਅਰੇ ਵਾਹ, ਦਿਲ ਜਿੱਤ ਲਿਆ ਕਮਲ ਨੇ ਅੱਜ ਦੁਨੀਆ ਦਾ। ਜਿਹਨੂੰ ਜਿਹਨੂੰ ਗੇਮ ਚੰਗੀ ਲੱਗੀ ਹੁਣ ਮਾਰ ਦਿਓ ਤਾੜੀ,
इन दोनों कबड्डी प्लेयर्स के पिताजी हमारे बीच आए हैं। हरियाणा का सबसे एक्टिव कबड्डी ग्रुप बबलू हुड्डा कबड्डी ग्रुप की तरफ से दोनों प्लेयरों के। लो मित्रों अपने स्टंट कैट हो गए भाई, वीडियो तुसी देखी होनी किवें लग्या, व्लॉग लाइक ते कमेंट करके जरूर दस्सियो। ते हुणे भाई फाइनल हो गया हटा टाणी गोपाल दा भाई, ਤਾਂ ਸਨਮਾਨ ਦੇ ਵਿੱਚ ਆਪਣੇ ਸਨਮਾਨ ਚਿੰਨ੍ਹ ਸਨਮਾਨ ਕਰਿਆ ਬਾਈਆਂ ਨੇ ਵੀ, ਬਹੁਤ ਬਹੁਤ ਦਿਲੋਂ ਧੰਨਵਾਦ ਬਾਈ। ਤਾਂ ਹੁਣ ਦੇਖ ਸਕਦੇ ਹੋ ਪਿੱਛੇ ਟੀਮ ਨੂੰ ਪ੍ਰਾਈਜ਼ ਦੇਣ ਲੱਗ ਰਹੇ ਨੇ ਫਸਟ ਅਤੇ ਸੈਕਿੰਡ ਟੀਮ ਨੂੰ, ਅਤੇ ਹੁਣ ਟਾਈਮ ਹੋ ਰਿਹਾ 11:30 ਹੋਣ ਵਾਲੇ ਨੇ ਬਾਈ, ਤਾਂ ਹੁਣ ਘਰ ਪਹੁੰਚਦੇ ਪਹੁੰਚਦੇ 1:30 ਵੱਜੂਗਾ। ਤਾਂ ਕਿਵੇਂ ਲੱਗਿਆ ਵਲੋਗ ਲਾਈਕ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਬਾਈ। ਇਹ ਵੀ ਬਾਈ ਆਪਣਾ ਮੂਣਕ ਤੋਂ ਹੈ, ਇਹ ਬਾਈ ਹੂਟਰ ਦੇ ਕੰਮ ਕਰ ਹੂਟਰ ਦੀ ਸੇਵਾ ਦਾ ਰਿਹਾ ਸੀ। ਇੱਧਰ ਬਾਈ ਡੀ ਜੇ ਵਾਲੇ ਲਦਾਲ ਤੋਂ, ਹਾਂ ਬਾਈ ਟਾਈਮ ਕਿੰਨਾ ਹੋ ਗਿਆ? ਸਾਢੇ 11 ਟਾਈਮ ਹੋਣ ਵਾਲਾ ਹੈ, ਪਹੁੰਚਦੇ ਪਹੁੰਚਦੇ ਸਾਨੂੰ 1:30 ਵੱਜੂਗਾ ਵੀ ਮੂਰਤਾ। ਕੋਸ਼ਿਸ਼ ਕਰਿਆ ਤੁਹਾਨੂੰ ਵੀ ਇਹ ਵਲੋਗ ਦੇ ਵਿੱਚ ਕਬੱਡੀ ਕੱਪ ਦਿਖਾਇਆ ਕਿਵੇਂ ਲੱਗਿਆ, ਵਲੋਗ ਲਾਈਕ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ। ਮਿਲਦੇ ਹਾਂ ਕਿਸੇ ਨਵੇਂ ਵਲੋਗ ਵੀਡੀਓ ਦੇ ਨਾਲ, ਇੱਥੋਂ ਤੱਕ ਵਲੋਗ ਦੇਖਣ ਲਈ ਬਹੁਤ ਬਹੁਤ ਦਿਲੋਂ ਧੰਨਵਾਦ ਬਾਈ।